और रुकी यार, हफ्ते की दवाई मुक्की पी आ जल्दी आ जा। ਕੀ ਆ ਯਾਰ ਮੇਰੀ ਲਾਈਫ, ਸਵੇਰੇ ਦਵਾਈ ਸ਼ਾਮ ਨੂੰ ਦਵਾਈ, ਮੈਂ ਤਾਂ ਬਾਈ ਦਵਾਈਆਂ ਖਾ ਖਾ ਅੱਕ ਗਿਆ। ਉਹ ਚੱਲ ਕੋਈ ਨਹੀਂ ਬਾਈ, ਜੋ ਕਰਮਾਂ 'ਚ ਲਿਖਿਆ ਉਹ ਤਾਂ ਹੁਣ ਕਰਨਾ ਹੀ ਪੈਣਾ। ਹੈਲੋ, ਕਿੰਨੇ ਰੁਪਏ ਘੱਟੇ ਨਾਲ? ਅੱਛਾ 20 ਰੁਪਏ, ਮਤਲਬ 20 ਰੁਪਏ ਪਰ ਪੈਕਟ। ਉਹ ਇਸ ਹਿਸਾਬ ਨਾਲ ਤਾਂ ਆਪਾਂ ਨੂੰ ਬਹੁਤ ਘਾਟਾ ਪੈ ਜੂ। ਚੱਲ ਯਾਰ ਛੱਡ, ਤੂੰ ਮਾਲ ਲੰਘਾਉਣ ਦੀ ਕਰ ਦੇਖੀ, ਉਹ ਜਿਹੜਾ ਘਾਟਾ ਪੈਂਦਾ ਪੈਣ ਦੇ, ਹੁਣ ਕੀ ਕਰੀਏ ਹੁਣ। ਚੱਲ ਠੀਕ ਆ, ਪਤਾ ਨਹੀਂ ਯਾਰ ਕਿਹਦਾ ਮੂੰਹ ਦੇਖਿਆ, ਘੱਟ ਹੀ ਘੱਟੇ ਪੈ ਰਹੇ ਨੇ ਅੱਜ ਤਾਂ। ਬਾਈ ਰੋਕੀ ਗੱਡੀ ਮੜੀ ਜੀ, ਤੇਰੀ ਭਰਜਾਈ ਦਾ ਫੋਨ ਆਇਆ ਸੀ, ਕਹਿੰਦੀ ਝਾੜੂ ਲਿਆਇਓ। ਅੱਛਾ, ਇਹਨਾਂ ਕੋਲੇ ਝਾੜੂ ਵਧੀਆ ਹੁੰਦੇ ਨੇ। ਹਾਂ ਉਸਤਾਦ, ਦਿਖਾਈ ਤੇਰਾ ਝਾੜੂ ਕਿੰਨੇ ਦਾ ਲਾਇਆ? ਸਰਦਾਰ ਜੀ 40 ਰੁਪਏ ਦਾ ਜੀ। ਉਹ ਯਾਰ 40 ਰੁਪਏ ਨੂੰ ਟਿਕਾਣਾ, 30 ਰੁਪਏ ਦਾ ਤਾਂ ਟਿਕਾਣ 'ਚ ਉਹ ਬੂਰਜੇ ਵਾਲਾ ਮਿਲ ਜਾਂਦਾ। ਤੂੰ ਸਹੀ ਸੀ ਦੱਸ ਕਿੰਨੇ ਦਾ ਲਾਇਆ? ਸਰਦਾਰ ਜੀ 40 ਦਾ ਹੀ ਲੱਗੂਗਾ ਜੀ, ਬਹੁਤ ਮਿਹਨਤ ਲੱਗਦੀ ਹੈ ਜੀ। ਉਹ ਯਾਰ ਮਿਹਨਤ ਨੂੰ ਕੀ ਹੈ, 'ਚ 2 ਰੁਪਏ ਤੁਹਾਡੀ ਰੱਸੀ ਨਹੀਂ ਲੱਗੀ ਵੀ, ਆਹ ਕੀ ਆ ਡੱਕੀ ਨੇ। ਸਰਦਾਰ ਜੀ ਖੰਜੂਰ 'ਤੇ ਚੜ੍ਹ ਕੇ ਪੱਤੇ ਕੱਟਣੇ ਪੈਂਦੇ ਨੇ ਜੀ, ਫਿਰ ਬਣਦਾ ਜੀ ਜਾ ਕੇ। ਬਹੁਤ ਹੱਥਾਂ ਦੀ ਕਾਰਾਗਰੀ ਹੈ ਜੀ, ਦੇਖੋ ਹੱਥ ਸਾਰੇ ਸੜੇ ਪਏ ਨੇ ਜੀ, ਬੱਚੇ ਇਹਨਾਂ ਸਿਰ 'ਤੇ ਹੀ ਪਾਲਦੇ ਨੇ ਜੀ। ਉਹ ਹੁਣ ਯਾਰ ਜਵਾਕ ਮੇਰੇ ਸਿਰ 'ਤੇ ਹੀ ਪਾਲਣੇ ਨੇ, ਗੱਲਾਂ ਕਹੀਆਂ ਕਰਦਾ। ਲੈ ਇੱਕ ਹੋਰ ਦੇ ਤੂੰ, ਦੇਖੋ ਕਿੰਨਾ ਵਧੀਆ ਝਾੜੂ ਆ। ਤੂੰ ਐਂ ਦੱਸ ਹੁਣ 2 ਦੇ ਕਿੰਨੇ ਪੈਸੇ ਲਾਏਗਾ? ਸਰਦਾਰ ਜੀ ਵੈਸੇ ਤਾਂ 80 ਬਣਦੇ ਨੇ ਜੀ, ਤੁਸੀਂ 70 ਦੇ ਦਿਓ ਜੀ। ਫੜੀ ਯਾਰ ਜੱਗੀ, 80-80 ਦਾ ਕੋਈ ਹਿਸਾਬ ਨਹੀਂ ਬਾਈ, ਲੈ ਤੂੰ 50 ਰੁਪਏ ਰੱਖ। ਸਰਦਾਰ ਜੀ ਤਾਂ ਬਹੁਤ ਘੱਟ ਨੇ ਜੀ, ਇੰਨਾ ਨਹੀਂ 12 ਖਾਣਾ ਜੀ। ਉਹ ਯਾਰ ਘੱਟ ਨੂੰ ਕੀ ਆ, ਮੈਂ ਤਾਂ ਵੈਸੇ ਤੈਨੂੰ 20 ਰੁਪਏ ਮਿਲ ਜਾਂਦਾ ਬਾਜ਼ਾਰ 'ਚੋਂ, 40 ਬਣਦੇ ਤੈਨੂੰ 50 ਦੇ ਤੇ। ਸਰਦਾਰ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਜੀ, ਮੈਂ ਹੁਣ 30 ਰੁਪਏ ਪਿੱਛੇ ਤੁਹਾਡੇ ਨਾਲ ਕੀ ਬਹਿਸ ਕਰਾਂ। ਚਲੋ ਲੈ ਜਾਓ। ਚੱਲ ਠੀਕ ਆ, ਆ ਜੱਗੀ ਚੱਲ ਚੱਲੀ ਯਾਰ। ਆਇਆ ਯਾਰ ਜੱਗੀ, ਉਹ ਬਾਈ ਆਹ ਦੇਖ ਕੋਈ ਨਵੀਂ ਗੱਡੀ ਕਢਾ ਕੇ ਲਿਆਇਆ ਬਾਈ, ਨਵੀਂ ਗੱਡੀ ਦਾ ਤਾਂ ਸਵਾਦ ਏ ਵੱਖਰਾ, ਆਪਣੇ ਵਾਲੀ ਤਾਂ ਸਾਰੀ ਸਲਫ ਵੀ ਨਹੀਂ ਚੱਕਦੀ। ਹੋਰ ਬਾਈ ਆਪਾਂ ਤਾਂ ਅੱਜ ਵੀ ਧੱਕਾ ਲਾ ਕੇ ਲਿਆਇਆ, ਜੇ ਹੋਰ ਨਹੀਂ ਕੁਛ ਕਰ ਸਕਦਾ ਘੱਟੋ ਘੱਟ ਸ਼ੀਸ਼ਾ ਹੀ ਨਵਾਂ ਪਵਾ ਲਾ। ਆਏ ਓਏ ਰੱਬਾ, ਮੈਂ ਕਦੋਂ ਤੱਕ ਮਰਦਾ ਰਹੂੰਗਾ ਮੋਟਰਸਾਈਕਲ 'ਤੇ, ਮੈਨੂੰ ਵੀ ਇਹੋ ਜਿਹੀ ਗੱਡੀ ਦਵਾ ਦੇ ਬਾਈ, ਇਹ ਲੈਂਦੇ ਨੇ ਨਜ਼ਾਰੇ ਤਾਂ। ਆਏ ਓਏ ਰੱਬਾ, ਇਹਨਾਂ ਨੇ ਪਤਾ ਨਹੀਂ ਕੀ ਤੇਰੇ ਵਾਸਤੇ ਇਹੋ ਜਿਹਾ ਕਰਤਾ ਜਿਹੜਾ ਮੈਂ ਨਹੀਂ ਕਰਿਆ। ਬਹੁਤ ਮਹਿੰਗਾਈ ਹੋ ਗਈ ਬਾਈ, ਓਏ ਲੈ ਫੜ ਲੈ ਆਇਆ ਹੈ ਫਿਰ ਕੋਕ ਦੀ ਬੋਤਲ। ਹਾਂ ਵੀਰੇ, ਕਿੰਨੇ ਲੈ ਕੇ ਆਇਆ? 90 ਦੀ ਦਿੱਤੀ, ਇਦੋਂ ਕਿਹੜਾ 75 ਘੱਟ ਦਿੰਦੇ ਨੇ? ਕਿਉਂ ਤੈਨੂੰ ਡਿਸਕਾਊਂਟ ਨਹੀਂ ਦਿੱਤਾ? ਉਹ ਬੋਲੇ ਇਹਨਾਂ 'ਚ ਕਾਹਦਾ ਡਿਸਕਾਊਂਟ ਹੈ, ਤਾਂ ਪ੍ਰਿੰਟ ਰੇਟ ਦੀਆਂ ਆਈਟਮਾਂ ਨੇ।
ਅੱਛਾ ਹੁਣ ਇੱਥੇ ਵੀ ਡਿਸਕਾਊਂਟ ਕਰਾ ਲੈਣਾ ਸੀ ਉਸ ਗਰੀਬ ਨਾਲ ਤਾਂ ਬੜਾ ਬਹਿਸ ਰਿਹਾ ਸੀਗਾ 30 ਰੁਪਏ ਪਿੱਛੇ ਹੁਣ ਇਸ 'ਚ ਵੀ ਘਟਾ ਲੈਣੇ ਸੀਗੇ ਉਹ ਬਾਈ 20-30 ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਹੋ ਜੇ ਕਹਿ ਦਿੰਦਾ ਤਰੀਕੋ ਤੇ ਗੱਲ ਆ ਜਾਂਦੀ ਬਈ ਉਦੋਂ ਤੇਰੀ ਅਮੀਰੀ ਕਿੱਥੇ ਗਈ ਸੀ ਜਦੋਂ ਤੂੰ ਉਸ ਗਰੀਬ ਦੇ 30 ਰੁਪਏ ਘਟਾ ਰਿਹਾ ਸੀਗਾ ਬਈ ਅਸਲ 'ਚ ਤੂੰ ਅਮੀਰ ਨਹੀਂ ਦੁਨੀਆ ਦਾ ਸਭ ਤੋਂ ਗਰੀਬ ਬੰਦਾ ਹੀ ਤੂੰ ਆ ਇੱਕ ਗੱਲ ਮੇਰੀ ਯਾਦ ਰੱਖੀ ਕੋਈ ਬੰਦਾ ਪੈਸੇ ਨਾਲ ਅਮੀਰ ਨਹੀਂ ਹੁੰਦਾ ਦਿਲ ਤੋਂ ਅਮੀਰ ਹੁੰਦਾ ਆ ਬੰਦਾ ਅਸਲ ਅਮੀਰ ਤਾਂ ਉਹ ਸੀ ਜਿਸਨੇ ਤੇਰੇ ਨਾਲ ਬਹਿਸ ਕਰਨ ਦੀ ਬਜਾਏ ਤੈਨੂੰ 30 ਰੁਪਏ ਛੱਡਤੇ ਚੱਲ ਤੂੰ ਮੇਰੇ ਨਾਲ ਚੱਲ ਤੈਨੂੰ ਮੈਂ ਉਸ ਬੰਦੇ ਦੀ ਲਾਈਫ ਦਿਖਾਉਂਦਾ ਕਿ ਕਿੱਦਾਂ ਦੀ ਲਾਈਫ ਆ ਉਸਦੀ ਉਹ ਦੇਖ ਲੈ ਸਾਹਮਣੇ ਕਿੰਨੇ ਖੁਸ਼ ਨੇ ਉਹ ਜਿੰਨਾ ਕਰਦੇ ਨੇ ਉਨੇ 'ਚ ਖੁਸ਼ ਨੇ ਉਹ ਯਾਰ ਘੱਟੋ ਘੱਟੋ ਭੀਖ ਤਾਂ ਨਹੀਂ ਮੰਗਦੇ ਮਿਹਨਤ ਕਰਨ ਵਾਲੇ ਬੰਦੇ ਨੇ ਤੂੰ ਸਗੋਂ ਉਹਨੂੰ 20 ਵੱਧ ਤਾਂ ਕੀ ਦੇਣਾ ਸੀ ਘੱਟ ਦੇ ਕੇ ਆਇਆ ਸ਼ਰਮ ਆਉਣੀ ਚਾਹੀਦੀ ਆ ਯਾਰ ਲਾਣ ਤਾਂ ਤੁਹਾਡੇ ਜਿਹੇ ਅਮੀਰਾਂ 'ਤੇ ਜਿਹੜੇ ਕਿਰਤੀ ਬੰਦੇ ਦਾ ਵੀ ਹੱਕ ਰੱਖਦੇ ਨੇ ਸਹੀ ਗੱਲ ਆ ਬਾਈ ਤਾਂ ਹੀ ਤਾਂ ਮੇਰੇ ਵਰਗੇ ਬਿਮਾਰੀਆਂ ਨੇ ਖਾ ਲਏ ਆਜਾ ਬਾਈ ਉਹਨਾਂ ਦਾ ਬਣਦਾ ਹੱਕ ਦੇ ਕੇ ਸਰਦਾਰ ਜੀ ਕੀ ਹੋ ਗਿਆ ਜੀ ਕੋਈ ਗਲਤੀ ਹੋ ਗਈ ਜੀ ਉਹ ਗਲਤੀ ਕੁਛ ਨਹੀਂ ਹੋਈ ਮੈਂ ਤੈਨੂੰ ਸਵੇਰੇ 30 ਰੁਪਏ ਘੱਟ ਦੇ ਕੇ ਗਿਆ ਨਾ ਆ ਰੱਖ ਤੇਰਾ ਬਣਦਾ ਸਰਦਾਰ ਜੀ ਇਹ ਤਾਂ ਬਹੁਤ ਜ਼ਿਆਦਾ ਨੇ ਜੀ ਆ ਤੁਸੀਂ ਆਪਣਾ ਬਕਾਇਆ ਫੜੋ ਜੀ ਤੂੰ ਰੱਖ ਕੋਈ ਨਹੀਂ ਨਹੀਂ ਸਰਦਾਰ ਜੀ ਫੜੋ ਜੀ ਬਾਈ ਤੇਰਾ ਜੀ ਨਹੀਂ ਕਰਦਾ ਤੂੰ ਸਾਡੇ ਵਾਂਗੂ ਗੱਡੀਆਂ 'ਚ ਘੁੰਮੇ ਸਰਦਾਰ ਜੀ ਕੀ ਤਾਂ ਜੀ ਨਹੀਂ ਕਰਦਾ ਗੱਡੀਆਂ 'ਚ ਬਹਿਣ ਨੂੰ ਕੱਲ੍ਹ ਤਾਂ ਖੁਸ਼ੀ ਦੀ ਹੁੰਦੀ ਹੈ ਜੀ ਬੰਦਾ ਮੁੱਕ ਜਾਂਦਾ ਪਰ ਉਹਦੀਆਂ ਖਵਾਹਿਸ਼ਾਂ ਨਹੀਂ ਮੁੱਕਦੀਆਂ ਮੈਨੂੰ ਪਰਮਾਤਮਾ ਨੇ ਸਾਬਰ ਦਿੱਤਾ ਮੈਂ ਸਾਬਰ 'ਚ ਹੀ ਖੁਸ਼ ਹਾਂ ਬਾਈ ਸਲਾਮ ਆ ਤੇਰੀ ਸੋਚ ਨਹੀਂ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੈ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਅਤੇ ਇੱਦਾਂ ਦੀਆਂ ਘੈਂਟ ਘੈਂਟ ਵੀਡੀਓਜ਼ ਦੇਖਣ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਲਾਈਕ ਜ਼ਰੂਰ ਕਰ ਲਓ ਤਾਂ ਕਿ ਇੱਦਾਂ ਦੀਆਂ ਘੈਂਟ ਘੈਂਟ ਵੀਡੀਓਜ਼ ਤੁਹਾਡੇ ਤੱਕ ਹਮੇਸ਼ਾ ਪਹੁੰਚਦੀਆਂ ਰਹਿਣ ਸਤਿ ਸ਼੍ਰੀ ਅਕਾਲ ਜੀ